Welcome to my channel. Assalamualaikum. अज असी बना रहे हैं कढ़ी। कढ़ी विच एक पूरा गंडा ले लेना है लहसुन दा ते थोड़ा जिहा अदरक। इनू छील लवांगे सोना सोना साफ सुथरा। फिर इनू असी कुट लवांगे। लहसुन छिलिया गया हुण असी अदरक छील लांगे। 8 to 10 जवे लेने ने लहसुन दे ते छोटा जिहा टुकड़ा लेना है अदरक दा। ਵਿਚਾਰਿਆਂ ਦੋਵਾਂ ਨੂੰ ਇਕੱਠਾ ਮਿਲਾ ਕੇ ਕੂੜੇ ਡੱਡੇ ਵਿੱਚ ਸਲੂਕ ਇਤਫਾਕ ਨਾਲ ਇਹਨੂੰ ਕੂਟ ਲੈਣਾ ਆਰਾਮ ਨਾਲ। ਵਿਚਾਰੇ ਆਪਸ ਵਿੱਚ ਮਿਕਸ ਹੋਈ ਹਨ। ਇਹ ਵੇਖੋ ਕਿੱਡਾ ਸੋਹਣਾ ਮਿਕਸ ਹੋ ਗਏ ਨੇ, ਰਲ ਮਿਲ ਕੇ ਪੇਸਟ ਬਣ ਗਿਆ। ਬਰੀਕ ਬਣਾ ਲੈਣਾ ਅਤੇ ਹੁਣ ਵਿਚਾਰੀ ਹਾਂਡੀ ਨੂੰ ਤੜਫਾਉਣ ਵਾਸਤੇ ਉਹਨੂੰ ਥੱਲੇ ਅਸੀਂ ਅੱਗ ਬਾਲ ਦਿਆਂਗੇ ਅਤੇ ਹਾਂਡੀ ਦੇ ਵਿੱਚ ਅਸੀਂ ਤੇਲ ਪਾ ਦੇ। 1 ਕੱਪ ਹੋਣਾ ਚਾਹੀਦਾ ਪਾਈਆ ਤੇਲ। 1 ਪਿਆਜ਼ ਲੈ ਲੈਣਾ, ਉਹਨੂੰ ਪਾ ਦੇਣਾ। ਨੂੰ ਲਾਈਟ ਬਰਾਊਨ ਹੋਣ ਤੱਕ ਫਰਾਈ ਕਰਨਾ ਹੈ। ਸਾਬਤ ਮਸਾਲਾ ਪਾ ਦੇਣਾ, ਕਾਲੀ ਮਿਰਚ, ਦਾਲਚੀਨੀ, ਜ਼ੀਰਾ। ਇਹ ਵੇਖੋ ਇਹ ਫਰਾਈ ਹੋਣਾ ਸ਼ੁਰੂ ਹੋ ਗਏ ਨੇ। 2 ਮਿੰਟਾਂ ਤੋਂ ਬਾਅਦ ਅਸੀਂ ਇਹਦੇ 'ਚ ਪਾ ਦਿਆਂਗੇ ਲਸਣ ਅਦਰਕ ਪੇਸਟ, ਜਿਹੜਾ ਵਿਚਾਰਿਆ ਦਾ ਅਸੀਂ ਸਲੂਕ ਕਰਾਇਆ ਸੀ। ਹੁਣ ਉੱਥੇ ਜਾ ਕੇ ਤੇਲ ਅਤੇ ਪਿਆਜ਼ਾਂ ਨਾਲ ਵੀ ਇਹਨਾਂ ਦਾ ਸਲੂਕ ਇਤਫਾਕ ਕਰਾਉਂਦੇ ਹਾਂ। ਇਹਨਾਂ ਨੂੰ ਵੀ ਅਸੀਂ 1-2 ਮਿੰਟ ਸਲੂਕ ਇਤਫਾਕ ਕਰਾਵਾਂਗੇ ਅਤੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਅਤੇ 3-4 ਸਬਜ਼ ਮਿਰਚਾਂ ਕੱਟ ਕੇ ਉਹ ਵੀ ਪਾ ਦਿਆਂਗੇ। ਇਹਨਾਂ ਨੂੰ ਮਿਲਕਸ ਮਿਕਸ ਕਰਕੇ ਵਿਚਾਰਿਆਂ ਦਾ ਵੀ ਆਪਾਂ ਅਸੀਂ ਸਲੂਕ ਕਰਾ ਦਿਓ। ਇਹਦੇ ਵਿੱਚ ਪਾਵਾਂਗੇ 1 ਚਮਚ ਨਮਕ ਦੀ ਭਰ ਕੇ, 1 ਚਮਚ ਲਾਲ ਮਿਰਚ ਭਰ ਕੇ, 1 ਚਮਚ ਭਰ ਕੇ, 1 ਚਮਚ ਭਰ ਕੇ ਹਲਦੀ ਦਾ। ਕੜੀ ਵਿੱਚ ਹਲਦੀ ਜ਼ਿਆਦਾ ਪੈਂਦੀ ਹੈ ਕਿਉਂਕਿ ਰੰਗ ਲਿਆਉਣਾ ਹੁੰਦਾ ਨਾ ਸੋਨਾ ਜਿਹਾ। ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਫਿਰ ਇਹਨੂੰ ਵਿਚਾਰਿਆਂ ਨੂੰ ਪੱਕਣ ਵਾਸਤੇ ਛੱਡ ਦਿਆਂਗੇ। ਚਾਹੇ ਅੱਗ ਬਲੀ ਵਿਚਾਰੇ ਪੱਕਣਗੇ, ਟਮਾਟਰ ਗਲ ਜਾਏ, ਪੇਸਟ ਬਣ ਜਾਏ, ਉਦੋਂ ਤੱਕ ਪਕਾਉਣਾ। ਇਹ ਵੇਖੋ 5 to 6 ਮਿੰਟ ਲੱਗ ਜਾਂਦੇ ਨੇ। ਇਹ ਵੇਖੋ ਮਿਕਸ ਹੋ ਗਿਆ, ਗਲ ਗਿਆ, ਘੁਲ ਗਿਆ ਵਿਚਾਰਿਆਂ ਦਾ। ਚੰਗਾ ਹੀ ਜ਼ਿਆਦਾ ਹੀ ਕੁਛ ਲੋਕ ਇਤਫਾਕ ਹੋ ਗਏ। ਡੋਈ ਨਾਲ ਬਾਕੀ ਜਿਹੜਾ ਰਹਿ ਗਿਆ ਸਲੂਕ ਇਤਫਾਕ, ਉਹਨੂੰ ਵੀ ਪੂਰਾ ਕਰ ਦਿਓ। ਟਮਾਟਰ ਨੂੰ ਚੰਗੀ ਤਰ੍ਹਾਂ ਉਹਨੂੰ ਮੈਸ਼ ਕਰ ਲੈਣਾ ਡੋਈ ਨਾਲ ਦਬਾ ਕੇ। ਮਿਕਸ ਹੋਈ ਹੈ ਕੁੰਡੇ ਵਿੱਚ ਜਿਹੜਾ ਥੋੜ੍ਹਾ ਜਿਹਾ ਲਸਣ ਅਦਰਕ ਪੇਸਟ ਲੱਗਿਆ ਸੀ, ਉਹਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਲਾ ਕੇ ਇਹ ਵੀ ਵਾਪਸ ਉਹਦੇ ਹੰਡ ਵਿੱਚ ਪਾ ਦੇਣਾ। ਚੰਗੀ ਤਰ੍ਹਾਂ ਸਾਫ਼ ਕਰਨਾ, ਫਿਰ ਇਹਨੂੰ ਮਿਕਸ ਕਰ ਦੇਣਾ ਹੰਡੇ ਵਿੱਚ। ਮਿੱਟੀ ਦੀ ਹਾਂਡੀ ਵਿੱਚ ਕੜੀ ਪਕਾਉਣ ਦਾ ਆਪਣਾ ਹੀ ਮਜ਼ਾ ਹੈ। ਉਹਦਾ ਟੇਸਟ ਆਉਂਦਾ ਹੈ ਜ਼ਿਆਦਾ। 1/2 ਕਿਲੋ ਬੇਸਣ ਲੈਣਾ, ਉਹਨੂੰ ਛਾਣ ਲੈਣਾ ਕਿਉਂਕਿ ਵਿੱਚ ਸੁਸਰੀਆਂ ਹੁੰਦੀਆਂ ਨੇ। ਬਿਲਕੁਲ ਸਹੀ ਤਰ੍ਹਾਂ ਸਾਫ਼ ਛਾਣ ਲੈਣਾ ਸਾਰਾ ਬੇਸਣ। ਇਹ ਜਿਹੜਾ ਰਹਿ ਗਿਆ ਉਹਨੂੰ ਚਮਚ ਨਾਲ ਕਰ ਲਓ। ਇਹ ਵੇਖੋ ਸੁਸਰੀਆਂ, ਇਹਨਾਂ ਨੂੰ ਭਲਾ ਹੋਰ ਕੋਈ ਜਗ੍ਹਾ ਨਹੀਂ ਲੱਭਦੀ, ਇੱਥੇ ਹੀ ਵੜੀਆਂ ਰਹਿੰਦੀਆਂ ਨੇ ਬੇਸਣ 'ਚ। ਜੇ ਨਾ ਛਾਣਦੇ ਤਾਂ ਸਾਡੇ ਢੇਡਾਂ ਵਿੱਚ ਵੜ ਜਾਣੀਆਂ ਸੀ। ਸਾਰਾ ਬੇਸਣ ਛਾਣ ਲਿਆ। 1 ਕਿਲੋ ਦਹੀਂ ਲੈਣੀ ਹੈ ਅਤੇ ਦਹੀਂ ਨੂੰ ਪਾਉਣਾ ਜੱਗ 'ਚ। 1/2 ਦਹੀਂ ਪਾਣੀ ਪਹਿਲੇ ਅਤੇ ਉਹਨੂੰ ਪਾਣੀ ਦਾ ਜੱਗ ਪੋਣਾ ਕਰ ਲੈਣਾ। ਇਹ ਵੇਖੋ 1/2 ਦਹੀਂ ਪਾ ਕੇ, ਪਾਣੀ ਪਾ ਕੇ ਦੇ ਵਿੱਚ ਜਿਹੜਾ ਛਾਣਿਆ ਹੋਇਆ ਬੇਸਣ ਹੈ 3 ਚਮਚ ਪਾਉਣੇ ਨੇ ਟੇਬਲ ਸਪੂਨ ਦੇ, ਜਿਹਦੇ ਨਾਲ ਅਸੀਂ 3 ਚਮਚ ਪਾਉਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਣਾ। ਐਂ ਵੇਖੋ ਉੱਤੇ ਦੇ ਦਿਆਂਗੇ ਢੱਕਣ ਜੱਗ ਦੇ, ਹੱਥ ਰੱਖ ਕੇ ਚਲਾਉਣਾ। ਹੱਥ ਰੱਖ ਕੇ ਢੱਕਣ ਦੇ, ਜੱਗ ਨਾ ਚਲਾਇਆ ਤਾਂ ਢੱਕਣ ਉੱਡ ਜਾਏਗਾ ਅਤੇ ਤੁਹਾਡੀ ਕੜੀ ਰੁੜ ਜਾਏਗੀ। ਕੜੀ ਨਹੀਂ ਸੋਰੀ, ਲੱਸੀ ਜਿਹਦੇ ਵਿੱਚ ਬੇਸਣ ਪਾਇਆ। ਚੰਗੀ ਤਰ੍ਹਾਂ ਮਿਕਸ ਹੋਈ ਹੈ ਫਿਰ ਇਹਨੂੰ ਇਹ ਵੇਖੋ ਬਿਲਕੁਲ ਸਹੀ ਚੰਗੀ ਤਰ੍ਹਾਂ ਮੁਲਾਇਮ ਬੇਸਣ ਵਿੱਚ ਮਿਕਸ ਹੋਈ ਹੈ। ਜਿਹੜੇ ਮਸਾਲੇ ਭੁੰਨੇ ਸੀ ਅਸੀਂ ਇਹ ਲੱਸੀ ਬੇਸਣ ਗ੍ਰੈਂਡ ਕੀਤਾ ਹੋਇਆ ਉਹਦੇ ਹੰਡ ਵਿੱਚ ਪਾ ਦੇਣਾ। ਬਾਕੀ ਦੀ ਵੀ ਦਹੀਂ ਸਾਰੀ ਜੱਗ ਵਿੱਚ ਪਾ ਦੇਣੀ ਹੈ। 1 ਕਿਲੋ ਦਹੀਂ ਲਈ ਸੀ, 1/2 ਕਰਕੇ ਇਹਨੂੰ ਗ੍ਰੈਂਡ ਕੀਤਾ ਹੈ। ਉਸੇ ਤਰ੍ਹਾਂ ਹੀ ਦੁਬਾਰਾ ਪਾਣੀ ਪਾਉਣਾ, ਉਸੇ ਤਰ੍ਹਾਂ ਹੀ 3 ਚਮਚ ਬੇਸਣ ਦੇ ਪਾਉਣੇ ਨੇ ਅਤੇ ਗ੍ਰੈਂਡ ਕਰ ਲੈਣਾ ਇਹਨੂੰ। ਹੱਥ ਰੱਖ ਕੇ ਢੱਕਣ 'ਤੇ ਜੱਗ ਚਲਾਉਣਾ ਹੈ, ਸੋਰੀ ਮਸ਼ੀਨ ਚਲਾਉਣੀ, ਜੱਗ ਨਹੀਂ ਚਲਾਉਣਾ। ਉਹ 'ਤੇ ਵਿਚਾਰਾ ਅੰਦਰੋਂ ਲੱਸੀ ਜਿਹੜੀ ਉਹ ਘੁੰਮਦੀ ਰਹੇਗੀ, ਵਿਚਾਰੀ ਨੂੰ ਭੌਂ ਬਿੱਲੀਆਂ ਲੱਗਦਾ ਆਈਆਂ ਜ਼ਰੂਰ ਹੋਣਗੀਆਂ। ਇਹਨੂੰ ਵੀ ਅਸੀਂ ਵਿੱਚ ਪਾ ਦੇਣਾ ਹੰਡੀ 'ਤੇ।
इनू चंगी तरह मिक्स करना है। इनू विचारी पकन वास्ते छड़ देना, जाहिर चुल्हा बलदा पे पकेगी। दो सबज मिर्चा ले लैनिया ने, विचारी पेट कट देना विच करो, अद्धी अद्धी कर देनी है, उन्होंने कढ़ी च पा देना। दो सबज मिर्चा पानी कढ़ी च, इन्ना टेस्ट चंगा आता है। अद्धा किलो जिन्हें प्याज लेने, असं हूँ पकौड़िया की लगियाँ तैयारी करा। अद्धा किलो जिन्हें प्याज पा, डेढ़ पा आलू बुला लेने, छिलके बरीक बरीक कट के, फिंगर चिप्स ने, जो फिंगर चिप्स कटी दी ना उस तरह कटने लंबे लंबे। जिहड़ा बेसन छानिया सी वह बेसन इहदे विच पा देना। हिसाब दा पाना है बेसन के, ना ना ज़्यादा होए बेसन ते ना थोड़ा होए, क्योंकि ज़्यादा होए बेसन का तो पकौड़े ज़्यादा ही कुछ नरम बन जाएंगे, थोड़ा होएगा आलू प्याज नज़र आएंगे ते बेचारे पकौड़े कुरकुरे बनेंगे मज़ेदार। इन्ना क बेसन पा लो हिसाब का, उस तो बाद मिक्स करके दोबारा चेक कर लो बेसन थोड़ा है तो दोबारा पा लो। पौना चम्मच पाना है नमक का, जेडे मिर्च मसाले में डब्बिया चम्मच होंगे ना मेरे को वाला है, पौना चम्मच लाल मिर्च का, कुटी हुई लाल मिर्च जी वह भी थोड़ी जी पानी है। बाकी नमक मिर्च अपने हिसाब नाल भी तुसी घट वध कर सकते हो, मैं अपने हिसाब नाल पाया। सुक्का धनिया पाउडर पाया थोड़ा जा, सुक्का साबत धनिया भी पाना है, पाउडर भी पाना है साबत भी पानी है। चम्मच नाल इहनू सारे नू पहले चंगी तरह मिक्स कर लेना, कि विचारे आपस विच ना सलूक इतफाक हो, पता है कि हूँ असी कट्ठे ही रहना। लो जी थोड़ा जहाँ सलूक इतफाक कराता है, धनिया पाती थोड़ी जी, थोड़ा जहा मीठा सोडा, इन्हें पकौड़े नरम बनते ने, कुरकुरे बनते ने क्रिस्पी। आओ वेखो जी विचारी लगी सी रुड हंड विचों बाहर आने, असी क्या नहीं तो अंदर ही रह। कढ़ी नू पकन तो कम से कम डेढ़ तो पौने दो घंटे लग जाते हैं, कड़ी मसाले दे विच पान तो कम से कम डेढ़ दो घंटे पकानी है, जिन्ना चिर गाढ़ी ना हो जाए, ज़्यादा गाढ़ी भी नहीं करनी, बस थोड़ी जी हो जाए। पकौड़िया जेड़े प्याज ते आलू पाए सी, सारा पकौड़िया का मसाला मिक्स किया, उन्हें थोड़ा पानी पा के जिस तरह आटा गुन्नी दा पोले पोले नरम जे हथा नाल उन्होंने मिक्स कर लो। तो मैं लग रहा इन्हें बेसन थोड़ा है, मैं इन्हें बेसन होर पावगी, एक दफ़ा पहले नहीं पा लेना, वेख के पाना है मिक्स करके हिसाब का। छानिया आया बेसन साफ, दो दो तीन चम्मच में और पाए ने, थोड़ा जहा पानी पाया, बहुता पानी नहीं पाना, थोड़ा थोड़ा पा ही जाना है तो मिक्स की जाना है, ना बहुता सख्त होए अमेजा पकौड़िया का तो ना बहुता नरम होए। हिसाब का पाना है कि जो पकौड़िया की शेप सही बने, बड़े मज़े के बने सी, मैं पकौड़े बनाए सी, तुसी भी बनाए हो फिर मैं दसना किहो जे बने सी। कढ़ाई च तेल पा के रखता सी, नॉर्मल गर्म होए ना ज़्यादा होए ना बिल्कुल ठंडा, ठंडा होएगा तो कढ़ाई के नाल पकौड़े चिपक जाते हैं। ए वेखो नाल कढ़ी भी पक रही है, नाल तुसी पकौड़िया की भी तैयारी कर लो इको टाइम की है। देखो थोड़ी थोड़ी गाढ़ी होनी शुरू हो गई है, हाले होर पकेगी। पकौड़िया की एक साइड ब्राउन हो जाए तो उनकी साइड चेंज कर लो, ताकि बेचारे एक बार इको साइड के पे पे बेचारे काले ही ना हो जाए, मूँह बेचारे तो दूसरे पास भी लाना चाहिए। साइड चेंज कर करके लाइट ब्राउन बड़ा प्यारा जहा कलर आ जाएगा पकौड़िया का, बड़े मज़े के होंगे। लाइट अग ते पकाने ने, फ्राई करने ने पकौड़े, ऐ वेखो ਇਹੋ ਜਿਹਾ ਗੱਲ ਕਰਨਾ, ਨਾ ਇਹਨਾਂ ਨੂੰ ਚਿੱਟੇ ਰੱਖਣਾ ਹੈ ਅਤੇ ਨਾ ਵਿਚਾਰਿਆਂ ਨੂੰ ਸਾੜ ਕੇ ਸੁਆਹ ਕਰ ਦੇਣਾ। ਲਾਈਟ ਬਰਾਊਨ ਜਿਹਾ ਕਲਰ ਦੇਖੋ, ਬੜੇ ਸੋਹਣੇ ਕ੍ਰਿਸਪੀ ਜੇ ਸੋਫਟ, ਹਲਕੀ ਆਂਚ 'ਤੇ ਪਕਾਓਗੇ ਤਾਂ ਪਕੌੜੇ ਅੰਦਰ ਤੱਕ ਪੱਕਣਗੇ, ਕੱਚੇ ਨਹੀਂ ਰਹਿਣਗੇ, ਬਿਲਕੁਲ ਹਲਕੀ ਅੱਗ 'ਤੇ ਪਕਾਉਣੇ ਨੇ। ਇਹ ਦੇਖੋ ਕਿੱਡਾ ਸੋਹਣਾ ਜਿਹਾ ਕਲਰ ਆ ਗਿਆ, ਤੇਲ ਅੱਛੀ ਤਰ੍ਹਾਂ ਨਿਚੋੜ ਕੇ ਫੇਰ ਕੱਢਣੇ ਨੇ ਪਕੌੜੇ। ਵਾਈਟ ਪੇਪਰ ਰੱਖਿਆ ਸੀ ਮੈਂ ਡਿਸ਼ 'ਚ, ਉਹਦੇ ਉੱਤੇ ਕੱਢਣੇ ਤਾਂ ਕਿ ਜਿਹੜਾ ਤੇਲ ਹੈ ਉਹ ਪੇਪਰ ਹੀ ਜਦਬ ਹੋਈ ਹੈ, ਇਸੇ ਤਰ੍ਹਾਂ ਸਾਰੇ ਪਕੌੜੇ ਕੱਢ ਲੈਣੇ।
देखो कड़ी मेरी हो गई गाढ़ी, इस तरह की होनी चाहिए। दोई नू वेलो किन्नी क लगेगी, थोड़ा जहा साबत जीरा, थोड़ियां जी धनिया सी अज मैंने मिलिया नहीं, सब्जी वाला आया नहीं ना, मैं गई बाहर लैन वास्ते। धनिया ते जीरा ते गरम मसाला भी मेरा खत्म होया सी, गरम मसाला पाउडर भी थोड़ा पाना है। पैसे मेरे कोल नहीं सी लेकिन फिर भी बड़ी मज़े की बनी सी, तुसी पा लेना। नू 2 मिनट बंद करके ठंडी होने तो बाद नॉर्मल गर्म होए, उस तो बाद इंदे च पकौड़े पाने ने, पकदी विच पकौड़े पा दोगे तो पकौड़े विच घुल मिल जाने ने, साबत नहीं रहने। ठंडी होने तो बाद कड़ी फिर उंदे च पकौड़े पाने ने ताकि पकौड़े बेचारे साबत रहन, घुलन ना। आराम नाल पोले जे हत्थां नाल इन्हां नू मिक्स कर लेना, फिर इन्हां नू तुसी पराठे नाल खाओ, सुकी रोटी नाल खाओ, चावल नाल खाओ, कड़ी चावल। वो कहिंदे ना खाओ कड़ी ते लाओ तड़ी। तुसी तड़ी नहीं लानी, इहनू खाना है ते मैनू दसना है किहो जी बनी सी, मज़ेदार। मेरे चैनल नू सबसक्राइब शेयर जरूर करिया करो, बड़ी मेहनत नाल वीडियो बनती है। ऐ वेखो सुबह नाश्ते च खाओ, दोपहर नू खाओ, रात नू खाओ। पराठे नाल ज़्यादा मज़े की लगती है, चावलों नाल भी मज़े लगती है। ताड़ी मर्जी हूँ तुसी जिंदे नाल मर्जी खाओ, ताए तंदूर की रोटी नाल खाओ। बड़ी मज़े की यमी सी कड़ी बनी है। शुक्रिया मेरी वीडियो देखने वास्ते, बनाओ तो ज़रूर मैनू दसो कैसी बनी है। अल्लाह हाफिज़।